ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਮੇਰੇ ਬਹਿਣ ਭਾਈਓ, ਅਰੇ ਤੁਹਾਨੂੰ ਖੁਸ਼ ਰੱਖੇ, ਸ਼ਾਦੋ ਬਾਦ ਰੱਖੇ। ਤੁਹਾਡਾ ਆਪਣਾ ਚੈਨਲ ਸਬਸਕ੍ਰਾਈਬ ਕਰੋ ਜੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰਕੇ ਸਾਡੀ ਹਰ ਵੀਡੀਓ ਨੋਟੀਫਿਕੇਸ਼ਨ ਮੇਰੇ ਬਹਿਣ ਭਾਈਆਂ ਤੱਕ ਬਰ ਵਕਤ ਪਹੁੰਚਦੇ ਰਹੇ। ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਦੀ, ਬਲਾਲ ਬੜਾ ਹੀ ਤਸਨੇਹਾ ਆਇਆ ਸੀ, ਮੈਂ ਬਲਾਲ ਬਾਈ ਘਰ ਜਾ ਰਹੀ ਹਾਂ। ਅੱਛਾ ਜੀ, ਬਾਜੀ ਪਹੁੰਚ ਗਈ ਆ ਅਤੇ ਪਿਆਜ਼ ਕੱਟਣ ਦੇ ਹੀ ਆ। ਹਾਂਜੀ ਮੇਰੇ ਬਹਿਣ ਭਾਈਓ, ਮੈਂ ਬਲਾਲ ਬਾਈ ਦੋ ਚੱਕਰ ਮੇਰੇ ਨਾਲ ਕੱਢਦਾ, ਮੈਂ ਕਿਹਾ ਸਿਰ ਕਹਿ ਤਾਂ ਬਲਾਲ ਨਾਰਾਜ਼ ਹੋ ਗਿਆ। ਨਹੀਂ ਨਾਰਾਜ਼ ਤਾਂ ਬਾਜੀ ਮੈਂ ਖੈਰ ਨਹੀਂ ਹੋਇਆ ਸੀਗਾ, ਅਤੇ ਮੈਂ ਨਾ ਮੈਂ ਭੱਜ ਕੇ ਤਾਰਾਂ ਨੂੰ ਦੱਸ ਦਿੱਤਾ ਆ ਕੇ, ਮੈਂ ਕਿਹਾ ਤੂੰ ਨਾ ਆਪਣਾ ਸਟਾਰਟ ਕਰ ਕੰਮ ਨੂੰ, ਅਤੇ ਬਾਜੀ ਫਿਰ ਨਾ ਟਾਈਮ ਕੱਢ ਕੇ ਫਿਰ ਆ ਜਾਂਦੀ ਹੈ। ਮੈਂ ਕਿਹਾ ਉਹ ਪਿਆ ਉਹ ਛਿੱਲਣ ਦੇ ਸੀ ਕੀ ਕਹਿੰਦੇ ਉਹਨੂੰ ਕਰੇਲੇ, ਤੇ ਉਹਨੂੰ ਫਿਰ ਬਲਾਲ ਮੈਂ ਕਿਹਾ ਭਾਵਾਂ ਦਾ ਨਾਰਾਜ਼ ਹੋ ਗਿਆ, ਹੁਣ ਜੀ ਇੱਕ ਖਾਣਾ ਜਿਹੜਾ ਤਾਰਾ ਬਣਾ ਰਹੀ ਆ, ਇੱਕ ਖਾਣਾ ਜਿਹੜਾ ਮੇਰੇ ਜਿੰਮੇ ਲੱਗ ਗਿਆ, ਉਹ ਮੈਂ ਖਾਣਾ ਜਿਹੜਾ ਤਿਆਰ ਕਰਦੀ, ਨਾਲੇ ਆਪਣੇ ਪਿੰਡ ਬਾਈਆਂ ਨਾਲ ਜੇ ਕਰਦੀ ਹਾਂ। ਅਤੇ ਘਰੋਂ ਚੱਲਦਿਆਂ ਚੱਲਦਿਆਂ ਮਾਸ਼ਾਅੱਲਾ ਅੱਲਾ ਦੀ ਰਹਿਮਤ ਮਹਿਮਾਨ ਆ ਗਏ, ਮੇਰਾ ਭਾਈ ਆ ਗਿਆ, ਮੇਰਾ ਭਾਣਜਾ ਆ ਗਿਆ, ਅਤੇ ਮੇਰੇ ਭਾਈ ਜਿਹੜਾ ਭਾਣਜਾ ਮੇਰਾ ਆਰਮੀ ਵਿੱਚ ਵੱਧ ਸਕਦਾ, ਹਰ ਆਰਮੀ ਦੇ ਵਿੱਚ ਛੁੱਟੀ ਬਹੁਤ ਮੁਸ਼ਕਿਲ ਹੋ ਗਈ, ਮੇਰੇ ਭੈਣ ਭਰਾ ਪਤਾ। ਬਿਲਕੁਲ ਜੀ, ਪਾਕ ਫੌਜ ਜ਼ਿੰਦਾਬਾਦ। ਹਾਂਜੀ, ਬਹੁਤ ਕੀਮਤੀ ਵਕਤ ਹੁੰਦਾ ਵਾ, ਅਤੇ ਫਿਰ ਕੱਢ ਕੇ ਲੈ ਆ, ਲੋਕਾਂ ਦਾ ਟਾਈਮ ਕੱਢ ਕੇ ਆਉਂਦੇ ਆ, ਅਤੇ ਫਿਰ ਜਿਹੜਾ ਟਾਈਮ ਨਾਲ ਉਹਨਾਂ ਨੂੰ ਦਈਏ ਵਿਟਾਮਿਨ ਯੂ ਵੀ ਅੱਛੀ ਗੱਲ, ਨਾਲੇ ਖਾ ਲੈਣਾ ਅਜੀਜ਼ ਰਿਸ਼ਤੇ ਤੋਂ ਇਲਾਵਾ ਕੁਛ ਹੋਰ ਵੀ ਹੋਵੇ ਤਾਂ ਵੀ ਟਾਈਮ ਕੱਢ ਲੈਂਦੇ। ਇਸ ਤਰ੍ਹਾਂ ਕੋਈ ਸ਼ੱਕ ਨਹੀਂ ਹੈਗਾ, ਨਾਲੇ ਸਾਡੇ ਵਾਸਤੇ ਸਾਡੀ ਸਿਕਿਉਰਿਟੀ ਕਾਰਨ ਹੈ ਬਾਜੀ, ਅਸੀਂ ਅੱਜ ਸਕੂਨ 'ਚ ਬੈਠੇ ਹਾਂ ਨਾ, ਤਾਂ ਸਿਰਫ ਇਹਨਾਂ ਦੀ ਵਜ੍ਹਾ ਸਕੂਨ 'ਚ ਬੈਠੇ ਹੋਏ ਹਾਂ, ਉਹਨਾਂ ਸਾਡੇ ਕਦੀ ਵੀ ਸਕੂਨ ਨਹੀਂ ਪੈਦਾ ਹੋ ਸਕਦਾ ਸਾਡੇ ਅੰਦਰ, ਹੈ ਨਾ। ਹਾਂਜੀ ਹਾਂਜੀ, ਹਾਂਜੀ ਮਾਸ਼ਾਅੱਲਾ ਜੀ। ਆਪਣੀ ਖਾਲਾਂ ਦੀ ਪਰੇਸ਼ਾਨੀ ਦੇ ਵਿੱਚ ਵੀ, ਟੈਨਸ਼ਨ ਦੇ ਵਿੱਚ ਵੀ, ਮੈਨੂੰ ਬਹੁਤ ਦੁੱਖ ਹੋਇਆ, ਅਤੇ ਮੈਂ ਇਸ ਵਾਸਤੇ ਅੱਲਾਹ ਪਾਕ ਆਸਾਨੀਆਂ ਕਰੇਗਾ ਇਨਸ਼ਾਅੱਲਾ ਤਾਲਾ। ਅਤੇ ਆਏ ਸੀਗੇ ਤੁਹਾਨੂੰ ਘਟਨਾ ਨੂੰ ਬੈਠ ਕੇ, ਉਹਨਾਂ ਨੇ ਫੋਲਡ ਪਿਆ ਕੇ, ਅਤੇ ਫਿਰ ਮੈਂ ਇੱਧਰ ਨੂੰ ਆਈ ਹਾਂ। ਹੁਣ ਆਪਣੇ ਮਾਮੂ ਕੋ ਤਾਂ ਉਜ਼ਮਾ ਕੋ ਸ਼ਾਹਦ ਕੋ ਸਭ ਕੋ ਬੈਠੇ ਸੀਗੇ, ਅਤੇ ਮੈਂ ਕਿਹਾ ਮੈਂ ਬਲਾਲ ਭਾਈ ਆਇਆ ਸੀ, ਉਹਦੇ 'ਚ ਭੱਜ ਜਾ ਕੇ ਦੇਖ ਆਵਾਂ ਵੀ ਮੇਰੇ ਮਹਿਮਾਨ ਆਉਣ ਵਾਲੇ, ਉਹਨਾਂ ਮਹਿਮਾਨ ਆ ਜਾਣ ਤਾਂ ਖਾਣਾ ਤਿਆਰ। ਹਾਂਜੀ ਬਿਲਕੁਲ ਜੀ, ਸਾਡੇ ਦੋ ਮਹਿਮਾਨ ਪਹੁੰਚ ਚੁੱਕੇ ਨੇ, ਅਤੇ ਬਾਕੀ ਮਹਿਮਾਨ ਤਕਰੀਬਨ ਕੋਈ ਥੋੜ੍ਹੀ ਦੇਰ ਤੱਕ ਉਹਨਾਂ ਨੇ ਵੀ ਪਹੁੰਚ ਜਾਣਾ ਬਾਜੀ। ਅਤੇ ਬਾਜੀ ਕੂਲਰ ਕਿਵੇਂ ਲੱਗਦਾ, ਸੁਣਨ ਲੱਗਦਾ ਮੇਰੇ ਘਰ ਪਿਆ ਨਾ, ਸੁਣਨ ਲੱਗਦਾ ਨਾ, ਇੱਥੇ ਨਾ ਕਬਜ਼ਾ ਕਰ ਜੀਏ ਵੜ ਕੇ, ਰਾਤ ਪੱਖਾ ਚੱਕ ਲੈਂਦਾ, ਹੁਣ ਕੂਲਰ ਜਿਹਾ ਖੋਲਿਓ, ਸਾਰਾ ਸਮਾਨ ਚੱਕ ਲੈਣਾ ਇੱਧਰ। ਬਿਲਕੁਲ ਜੀ, ਕੋਈ ਸ਼ੱਕ ਨਹੀਂ ਹੈਗਾ, ਆਪਣਾ ਘਰ ਹੈ ਸਾਰੇ। ਬਿਲਕੁਲ ਜੀ ਆਪਣਾ ਘਰ, ਹਾਂਜੀ ਬਿਲਕੁਲ, ਇਤਫਾਕ 'ਚ ਬਰਕਤ ਆ ਰਹਾ, ਐਵੇਂ ਹੈ ਕਿ ਨਹੀਂ। ਮੈਨੂੰ ਬਾਜੀ ਮਜ਼ਾ ਨਹੀਂ ਆਉਂਦਾ ਇਕੱਲੇ ਬਹਿ ਖਾਂਦਾ ਨਾ, ਮੈਂ ਤਾਂ ਤਿੰਨ ਦਿਨ ਹੋ ਗਏ ਸਿਰ ਸਿਆਪਾ ਕੀ ਪਾ ਰੱਖਿਆ ਵਾ, ਤਾਂ ਤਾਂ ਮੈਂ ਸਿਰ ਸਿਆਪਾ ਪਾ ਰੱਖਿਆ ਗਾ ਸਭਨਾ। ਕੱਲ੍ਹ ਮੈਂ ਬੜਾ ਪਰੇਸ਼ਾਨ, ਜਦੋਂ ਤੁਸੀਂ ਕਿਹਾ ਨਾ ਕਿ ਭਾਜੀ ਕਹਿ ਰਹੇ ਸੀ ਕਿ ਅਸੀਂ ਨਾ ਮੁਲਤਾਨ ਦਾ ਉੱਧਰ ਨਿਜ਼ਾਮ ਦੇਖਣਦੇ ਹਾਂ, ਤਾਂ ਮੈਂ ਉਸ ਟਾਈਮ ਬੜਾ ਚੁੱਪ ਜਿਹਾ ਹੋ ਗਿਆ ਕਿ ਮੈਂ ਕਿਹਾ ਅੱਛਾ ਚਲੋ ਠੀਕ ਹੈ ਭਾਜੀ ਦੇਖ ਲਓ ਫਿਰ, ਮੈਂ ਹੋਰ ਢਿੱਲੇ ਜਿਹੇ ਮੂੰਹ ਨਾਲ ਮੈਂ ਹੀ ਕਿਹਾ ਫਿਰ। ਅਤੇ ਤਹਿਰਾ ਆਪਣਾ ਖਾਣਾ ਤਿਆਰ ਕਰਨ ਦੀ ਹੈ, ਤਹਿਰਾ ਕਿੰਨੀ ਦੇਰ ਤੁਹਾਡੇ ਖਾਣੇ ਨੂੰ ਕਿਚ ਪਕਾਉਣੇ ਆ, ਅਤੇ ਬਾਜੀ ਇਹ ਛੋਟਾ ਨਹੀਂ ਹੈਗਾ, ਬਣ ਜਾਣੇ ਆ। ਅੱਛਾ ਚਲੋ ਫਿਰ ਠੀਕ ਆ, ਚਲੋ ਕੋਈ ਨਹੀਂ ਜੀ, ਅੱਲਾ ਪਾਕ ਹਾਂਜੀ ਬਿਲਕੁਲ ਜੀ। ਆਹ ਨਮਕ ਲਗਾਤਾ ਸੀਗਾ, ਅੱਛਾ ਅੱਛਾ ਚਲੋ ਜੀ ਮਾਸ਼ਾਅੱਲਾ। ਬਿਲਕੁਲ ਜੀ,
ਅਤੇ ਤਹਿਰਾ ਨੇ ਆਪਣਾ ਤਕਰੀਬਨ ਹਿੱਸੇ ਦਾ ਕੰਮ ਕੰਪਲੀਟ ਕਰ ਦਿੱਤਾ ਵਾ, ਬਾਜੀ ਨੂੰ ਕਰਕੇ ਦੇ ਦਿੱਤਾ ਵਾ। ਅਤੇ ਅੱਛਾ ਅੱਛਾ ਹਾਂਜੀ, ਚਾਵਲ ਬਿਰਿਆਨੀ ਮਸਾਲਾ ਵੀ, ਚਾਵਲ ਔਰ ਬਿਰਿਆਨੀ ਮਸਾਲਾ ਇਹ ਜੀ। ਹੁਣ ਬਾਜੀ ਦਾ ਤਕਰੀਬਨ, ਬਾਜੀ ਤੁਹਾਡਾ ਸਮਾਨ ਤਕਰੀਬਨ ਰੈਡੀ ਹੋ ਗਿਆ ਇੱਧਰ? ਹਾਂਜੀ, ਟਮਾਟਰ ਮਿਰਚ ਵੀ ਆ ਗਿਆ। ਅੱਛਾ ਜੀ, ਦੋਨੋਂ ਹਾਂਡੀਆਂ ਉੱਪਰ ਰੱਖ ਦਿੱਤੀਆਂ ਵਾ, ਇੱਕ ਬਿਰਿਆਨੀ ਵਾਲੀ ਆ, ਦੂਸਰੀ ਚਿਕਨ ਤਿਆਰ ਹੋ ਰਿਹਾ ਵਾ। ਪਾਣੀ ਵੀ, ਹਾਂਜੀ ਪਾਣੀ ਵੀ ਲਿਆਓ ਇੱਧਰ ਰੱਖ ਲਓ ਨਾ। ਅਤੇ ਬਾਜੀ ਨੇ ਇੱਧਰ ਪਿਆਜ਼ ਬਸ ਇੰਨੀ ਕੱਢ ਲਏ ਨਾ, ਉਹ ਨਹੀਂ ਕੱਟਣੇ, ਬਸ ਤਾਰਾ ਉਹ ਨਹੀਂ ਕੱਟਣੇ। ਹਾਂ, ਤਿੰਨ ਦਿੱਤੇ ਸੀ ਨਾ ਕਿਲੋ ਪਿਆਜ਼ ਚੌਲ ਨਾ, 4 ਕਿਲੋ ਚੌਲਾਂ ਵਾਸਤੇ ਬਹੁਤ ਇਹ ਬਹੁਤ ਨੇ। ਅੱਛਾ ਅੱਛਾ, ਚਲੋ ਮਾਸ਼ਾਅੱਲਾ ਜੀ। ਨਾਲ ਨਾਲ ਜੋ ਵੀ ਸਟੇਟਸ ਹੈਗਾ ਆਪਣੇ ਭੈਣ ਭਾਈਆਂ ਦੇ ਸ਼ੇਅਰ ਕਰਦੇ ਰਹਾਂਗੇ। ਮੇਰੇ ਭੈਣ ਭਾਈਆਂ ਨੇ ਵੀਡੀਓ ਪੂਰੀ ਵਾਚ ਕਰਨੀ, ਸਕਿਪ ਨਹੀਂ ਕਰਨੀ। ਅੱਲਾ ਪਾਕ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਲਾਈਟਾਂ ਜਿਹੜੀਆਂ ਦੋਨੋਂ ਔਨ ਕੀਤੀਆਂ, ਉਪਰਲੀ ਵੀ ਕੀਤੀ, ਨੀਚੇ ਵਾਲੀ, ਤਾਂ ਕਿ ਜਿਹੜਾ ਨਾ ਅਸੀਂ ਭੈਣ ਭਾਈ ਨਾਲ ਸਾਫ਼ ਸੁਥਰੇ ਕਰਕੇ ਵੀਡੀਓ ਬਣਾ ਕੇ ਸ਼ੇਅਰ ਕਰ ਸਕੇ। ਭਾਅ ਜੀ ਇਸ ਰਹੇ ਨਹੀਂ, ਕਿਉਂਕਿ ਅਸੀਂ ਬਲਾਗ ਬਣਾਇਆ ਸੀ ਥੋੜ੍ਹਾ ਜਿਹਾ ਬਾਹਰ ਦਾ ਵਿਊ, ਮੈਂ ਆਪਣੇ ਭੈਣ ਭਾਈ ਨਾਲ ਸ਼ੇਅਰ ਕੀਤਾ, ਉਹ ਵੀ ਅਸੀਂ ਆਪਣੇ ਇਹਨਾਂ ਵਿੱਚ ਇਸੇ ਖਾਣੇ ਵਾਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਇਨਸ਼ਾਅੱਲਾ ਜੀ, ਜ਼ਰੂਰ। ਅੱਛਾ ਜੀ, ਬਾਜੀ ਐਡ ਕਰ ਗਈ ਆ ਵਿੱਚ ਘੀ। ਅੱਛਾ ਜੀ, ਘੀ ਵਿੱਚ ਮੈਂ ਮਿਕਸ ਕਰ ਦਿੰਦੀ, ਇਸ ਤਰ੍ਹਾਂ ਹੋ ਜਾਂਦਾ ਗਰਮ। ਮਸਲਾ ਘੀ ਜਿਹੜਾ ਇਸ ਤਰ੍ਹਾਂ ਹੋ ਗਿਆ ਗਰਮ। ਇੱਕ ਕਿਲੋ ਹੈਗੇ ਚਾਵਲ, ਕਿਲੋ ਚਾਵਲ, ਬਿਰਿਆਨੀ ਮਸਾਲਾ ਵੀ ਲਿਆਉਂਦਾ ਹੋਇਆ ਵਾ, ਫਿਰ ਟਮਾਟਰ ਜਦੋਂ ਰੱਖਦੇ ਹਾਂ ਉਹਨਾਂ ਵੀ ਕੱਟ ਲੈਂਦੇ ਹਾਂ। ਅਤੇ ਪਿਆਜ਼ ਜਿਹੜੇ, ਪਿਆਜ਼ ਵੀ ਬਣ ਕੇ ਅਤੇ ਘੀ ਹੋ ਗਿਆ ਗਰਮ। ਥੋੜ੍ਹੇ ਜਿਹੇ ਗੋਲਡਨ ਬਰਾਊਨ ਹੋ ਜਾਂਦੇ, ਸਾਰਿਆਂ ਨੇ ਆਪਣੀ ਰੈਸਪੀ ਬਣਾ ਕੇ ਚਾਹ ਆਪਣੇ ਭੈਣ ਭਾਈਆਂ ਨੇ ਸ਼ੇਅਰ ਕਰ ਰਹੀ ਹੈ। ਹਾਂਜੀ ਬਿਲਕੁਲ, ਚਾਵਲ ਲੱਗੇ ਸੀਗੇ ਅਤੇ ਬਲਾਲ ਭਾਈ ਗਿਆਰੇ ਮਹਿਮਾਨ ਅਤੇ ਮਹਿਮਾਨ ਕਹਿੰਦੇ ਚਾਵਲ ਨਾ ਲੱਗੇ। ਹਾਂਜੀ, ਕਿੰਨੇ ਬੰਦੇ? ਬਾਜੀ 4 ਬੰਦੇ ਉਹ ਨੇ ਅਤੇ 6 ਮਹਿਮਾਨ ਨੇ ਟੋਟਲ ਨਾ ਆਪਣੇ। ਬਹੁਤ ਨੇ। ਚਲੋ ਮਾਸ਼ਾਅੱਲਾ। ਪਿਆਜ਼ ਜਿਹੜੇ ਹੋ ਜਾਂਦੇ ਗੋਲਡਨ ਬਰਾਊਨ, ਤੋਂ ਉਹਨਾਂ ਚਿਕਰ ਮੈਂ ਜਲਦੀ ਜਲਦੀ ਨਾ ਟਮਾਟਰ ਜਿਹੜੇ ਇਹਨਾਂ ਨੂੰ ਕੱਟ ਲੈਣੀ, ਟਮਾਟਰ ਕੱਟ ਦਿਓ। ਟਮਾਟਰ ਕੱਟ ਕੇ ਤਿਆਰ, ਹਰੀ ਮਿਰਚ ਤਿਆਰ ਕਰਕੇ ਰੱਖ ਲੈਣੀ। ਬਾਜੀ ਕੱਟ ਰਹੀ ਹੈ ਟਮਾਟਰ ਔਰ ਮਿਰਚਾਂ, ਮਾਸ਼ਾਅੱਲਾ। ਅਤੇ ਬਾਜੀ ਇਹ ਨਾ ਤੁਸੀਂ ਕੀ ਕਰੋਗੇ? ਹਾਂਜੀ ਆਲੂ ਮਿਕਸ ਕਰ, ਤਾਇਰਾ ਅਗਰ ਬਾਜੀ ਤੁਸੀਂ ਵਿੱਚ ਨਾ ਮਿਰਚਾਂ ਇਸ ਤਰ੍ਹਾਂ ਕੱਟ ਕੇ ਮੇਰੇ ਖਿਆਲ 'ਚ ਪਾਓਗੇ ਕਿ ਕਿੱਦਾਂ ਪਾਣੀ ਹੈ? ਮੈਂ ਲੰਬੀ ਕੱਟ ਲੰਬੀ। ਹਾਂਜੀ ਬਿਲਕੁਲ ਬਿਲਕੁਲ, ਫਿਰ ਠੀਕ ਆ। ਚਲੋ ਜੀ ਮਾਸ਼ਾਅੱਲਾ, ਬਾਜੀ ਆਪਣਾ ਜਿਹੜਾ ਨਾ ਰੈਸਪੀ ਤਿਆਰ ਕਰ ਰਹੀ ਆ, ਉਹ ਰੈਸਪੀ 'ਚ ਕੀ ਤਿਆਰ ਕਰ ਰਹੀ ਆ? ਬਿਰਿਆਨੀ ਤਿਆਰ ਕਰ ਰਹੀ ਆ, ਆਲੂ ਵਾਲੀ ਨਹੀਂ ਆਉਣੀ ਹੈਗੀ, ਪਾ ਲਈ ਚਿਕਨ ਲੱਤ ਵਿੱਚ ਪਾ ਲਈ ਹੈ, ਆਲੂ ਲੱਤ। ਹਾਂਜੀ ਬਿਲਕੁਲ ਜੀ, ਆਲੂ ਦੇਖ ਸਕਦੇ ਮੇਰੇ ਭੈਣ ਵੀ, ਅਤੇ ਆਲੂ ਦੀ ਲੱਤ ਵਿੱਚ ਆਏਗੀ 'ਚ ਕੋਈ ਸ਼ੱਕ ਨਹੀਂ ਹੈਗਾ। ਅਤੇ ਘੀ ਜਿਹੜਾ ਹੈਗਾ ਬਾਜੀ ਨੇ ਇਹਦੇ ਵਿੱਚ ਐਡ ਕਰ ਲਿਆ ਵਾ, ਅਤੇ ਪਾਣੀ ਜਿਹੜਾ ਭਰ ਕੇ ਕੋਲ ਰੱਖ ਦਿੱਤਾ ਵਾ, ਕੋਈ ਵਿੱਚ ਜ਼ਰੂਰਤ ਪੈ ਸਕਦੀ ਪਾਉਣ ਵਾਸਤੇ। ਅਤੇ ਪਾਊਡਰ ਮਸਾਲਾ ਜਿਹੜੇ ਹੈਗੇ ਉਹ ਵੀ ਕੋਲ ਸਾਰੇ ਰੱਖ ਦਿੱਤੇ ਨੇ, ਗਰਮ ਮਸਾਲਾ, ਠੰਡਾ ਮਸਾਲਾ ਸਾਰੇ ਜਿੰਨੇ ਵੀ ਹੈਗੇ।
ਠੰਡੇ ਮਸਾਲੇ ਵੇਚ ਰਹੀ ਹੈ ਜਿੰਨੇ ਵੀ ਆ ਗਏ ਨਾ ਸਾਰੇ ਮੇਰੇ ਕਹਿਣ ਦਾ ਮਤਲਬ ਸਾਰੇ ਜਿੰਨੇ ਗਰਮ ਮਸਾਲਾ ਕਹਿੰਦੇ ਨਾ ਬਸ ਖੁਸ਼ਕ ਤਾਂ ਨਹੀਂ ਆ ਰਹੇ ਉਹਨੂੰ ਕੋਈ ਠੰਡਾ ਮਸਾਲਾ ਹਾਂਜੀ ਬਿਲਕੁਲ ਜੀ ਅਤੇ ਤਹਿਰਾ ਦੀ ਹੈ ਸਿਰਫ ਆਟਾ ਗੁੰਨਣ ਲੱਗ ਗਈ ਆ ਨਾਲ ਹੀ ਤਹਿਰਾ ਆਟਾ ਗੁੰਨੇਗੀ ਅਤੇ ਮੈਂ ਰੋਟੀਆਂ ਨਹੀਂ ਆਪ ਹੀ ਪਕਾਉਣਗੇ ਮੈਂ ਕਿਤੇ ਪਕੌੜੀ ਆ ਆਟਾ ਗੁੰਨਿਆ ਜਾ ਰਿਹਾ ਜੀ ਚਲੋ ਜੀ ਮਾਸ਼ਾ ਅੱਲਾਹ ਅਤੇ ਪਿਆਜ਼ ਜੀ ਦੇਖ ਸਕਦੇ ਬਰਾਊਨ ਨਹੀਂ ਹੋਇਆ ਹਾਲੀ ਹਾਂਜੀ ਹੋਣੇ ਵਾਲੀ ਆ ਬਸ ਥੋੜ੍ਹਾ ਟਾਈਮ ਰਹਿ ਗਿਆ ਪਿਆਜ਼ ਬਰਾਊਨ ਹੁੰਦੇ ਆ ਅਤੇ ਫਿਰ ਬਾਜੀ ਵਿੱਚ ਹੋਰ ਮਸਾਲੇ ਵਿੱਚ ਐਡ ਕਰੇਗੀ ਇਨਸ਼ਾਅੱਲਾ ਬਾਜੀ ਬੜੀ ਮਜ਼ੇਦਾਰ ਬੜੀ ਮਜ਼ੇਦਾਰ ਸੀ ਕੋਈ ਸ਼ੱਕ ਨਹੀਂ ਆਇਆ ਕਿ ਬੜੀ ਟੇਸਟੀ ਬਣੀ ਸੀ ਨਾ ਉਸ ਦਿਨ ਹਾਂਜੀ ਬਿਲਕੁਲ ਔਰ ਇਹ ਵੀ ਕਹਿੰਦੇ ਨੇ ਕਿ ਜਿਹੜੀ ਆਪਾਂ ਮਨੀਰਾ ਵਾਂ ਉਹ ਬੜੀ ਹਾਰਡ ਵਰਕ ਮਤਲਬ ਸਖਤ ਕੰਮ ਕਰਨ ਵਾਲੀ ਹੈ ਮਾਸ਼ਾਅੱਲਾ ਜੀ ਕੋਈ ਸ਼ੱਕ ਨਹੀਂ ਭੈਣ ਭਾਈ ਮਾਸ਼ਾਅੱਲਾ ਇਹ ਵਾ ਅੱਲਾਹ ਦਾ ਬੜਾ ਸ਼ੁਕਰ ਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਅਤੇ ਇਹ ਹੁਣ ਤੇ ਜਿਵੇਂ ਬਾਜੀ ਦਾ ਕਹਿਣ ਦਾ ਮਕਸਦ ਹੈ ਕਿ ਹੁਣ ਤੇ ਛੋਟੇ ਜਿਹੇ ਮਹਿਮਾਨ ਆ 6 ਮਹਿਮਾਨ ਆ 4 ਤੋਂ 6 ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਬਿਲਕੁਲ ਜੀ ਅੱਲਾਹ ਪਾਕ ਸਾਦੀਆਂ ਕਰੇਗਾ ਇਨਸ਼ਾਅੱਲਾ ਜੀ ਨਾਲ ਨਾਲ ਸ਼ੇਅਰ ਕਰਦੇ ਰਹਾਂਗੇ ਅੱਛਾ ਜੀ ਪਿਆਜ਼ ਜਿਹੜੇ ਗੋਲਡਨ ਬਰਾਊਨ ਮਾਸ਼ਾਅੱਲਾ ਹੋ ਚੱਲੇ ਹੋ ਗਏ ਅਤੇ ਹੁਣ ਥੋੜ੍ਹਾ ਵਿੱਚ ਪਾਣੀ ਅੱਛਾ ਜੀ ਪਿਆਜ਼ ਜਿਹੜੇ ਗੋਲਡਨ ਬਰਾਊਨ ਹੋ ਚੁੱਕੇ ਮਾਸ਼ਾਅੱਲਾ ਪਾਣੀ ਥੋੜ੍ਹਾ ਵਿੱਚ ਮਿਕਸ ਕਰਤਾ ਵਾ ਅਤੇ ਹੁਣ ਵਿੱਚ ਮਿਕਸ ਕਰਦੀ ਹਾਂ ਨਾਲ ਹਰੀ ਮਿਰਚ ਟਮਾਟਰ ਮਸਾਲਾ ਮਿਕਸ ਕਰਦੇ ਹਾਂ ਬਿਰਿਆਨੀ ਮਸਾਲਾ ਥੋੜੀ ਕਮ ਪਾਵਾਂ ਅੱਛਾ ਜੀ ਬਿਰਿਆਨੀ ਮਸਾਲੇ ਜਿਹੜੇ ਐਡ ਕਰਨ ਲੱਗੀ ਇੱਕ ਚਮਚ ਪਾਇਆ ਵਾ ਸਿਰਫ ਰੈਡ ਮਿਰਚ ਦਾ ਨਮਕ ਅਤੇ ਮਸਾਲਾ ਗਰਮ ਜਿਹੜਾ ਉਹ ਬਾਅਦ ਵਿੱਚ ਪਾਉਣਾ ਵਿੱਚ ਪਾਣੀ ਵਿੱਚ ਮਿਕਸ ਕਰਕੇ ਅਤੇ ਅੱਛੀ ਤਰ੍ਹਾਂ ਹੁਣ 2-3 ਮਿੰਟ ਮਸਾਲੇ ਦੀ ਇੱਕ ਤਰ੍ਹਾਂ ਭੁਨਾਈ ਕਰਦੀ ਹਾਂ ਅਤੇ ਚਾਵਲ ਜਿਹੜੇ ਮੈਂ ਭੀਂ ਕੇ ਰੱਖ ਦਿੰਦੇ ਉੱਥੇ ਅੱਛਾ ਜੀ ਬਾਜੀ ਚਾਵਲ ਧੋ ਕੇ ਰੱਖ ਗਈ ਹੈ ਇੱਥੇ ਅਤੇ ਇੱਥੋਂ ਫਿਰ ਲੈ ਕੇ ਜਾਂਦੇ ਹਾਂ ਜਦੋਂ ਬਾਜੀ ਕਹੂਗੀ ਫਿਰ ਚੱਕ ਕੇ ਜਾਊਂਗਾ ਚਾਵਲ ਇੱਥੋਂ ਅਤੇ ਆਟਾ ਵੀ ਮਾਸ਼ਾਅੱਲਾ ਗੁੰਨਿਆ ਗਿਆ ਵਾ ਅਤੇ ਰੋਟੀ ਪਕਵਾਉਂਦੇ ਹਾਂ ਇਹਦੀ ਵੀ ਮਸਾਲੇ ਬਾਜੀ ਦੇ ਤਿਆਰ ਹੋ ਰਹੇ ਨੇ ਵਿੱਚ ਐਡ ਕਰਨ ਲੱਗੇ ਜੀ ਆਲੂ ਬਿਸਮਿਲਲਾਹ ਰਹਿਮਾਨ ਰਹੀਮ ਹੁਣ ਮਸਾਲੇ ਦੇ ਨਾਲ ਹੀ ਆਲੂਆਂ ਦੀ ਅੱਛੀ ਤਰ੍ਹਾਂ ਬਣਾਈ ਹੋ ਜੂਗੀ ਮਸਾਲਾ ਹੋ ਜਾਣਾ ਰੈਡੀ ਅਤੇ ਉਸ ਤੋਂ ਬਾਅਦ 1 ਕਿਲੋ ਚਾਵਲ ਅਤੇ ਉਹ ਚਾਵਲਾਂ ਦੇ ਹਿਸਾਬ 1 ਕਿਲੋ ਦੇ ਹਿਸਾਬ ਦੇ ਨਾਲ ਫਿਰ ਬਰਤਨ ਮੈਂ ਮਿਣ ਕੇ 1 ਕਿਲੋ ਦਾ ਜਿਹੜਾ ਪਾਣੀ ਅੰਦਾਜ਼ੇ ਦੇ ਨਾਲ ਮੈਂ ਪਾ ਲੈਂਦੀ ਹਾਂ ਮਸਾਲਾ ਮਾਸ਼ਾਅੱਲਾ ਰੈਡੀ ਹੋ ਚੁੱਕਾ ਹੁਣ ਪਾਣੀ ਮਿਣ ਕੇ ਮਿਲਾ ਦਿੰਦੇ ਕਿ 3 ਮੱਗੇ ਜਿਹੜੇ ਪਾਣੀ ਦੇ ਦੇਖੋ ਜੀ ਇਸ ਤਰ੍ਹਾਂ ਮਿਣ ਕੇ
ਤੇ ਅੱਛੀ ਤਰ੍ਹਾਂ ਪਾਣੀ ਪੱਕ ਕੇ ਤਿਆਰ ਹੋ ਜਾਂਦਾ ਵਾ, ਅਤੇ ਉਸ ਤੋਂ ਬਾਅਦ ਚਾਵਲ ਜਿਹੜੇ ਉਹ ਧੋ ਕੇ ਮੈਂ ਫਿਰ ਆਈ ਹਾਂ ਅਤੇ ਚਾਵਲ ਫਿਰ ਵਿੱਚ ਮਿਕਸ ਕਰ ਲਏ। ਅੱਛਾ ਜੀ, ਚਾਵਲ ਵਿੱਚ ਮੈਂ ਮਿਕਸ ਕਰ ਦਿੱਤੇ, ਪਾਣੀ ਮਾਸ਼ਾਅੱਲਾ ਪੱਕ ਕੇ ਤਿਆਰ ਹੋ ਗਿਆ ਸੀ। ਤਾਰਾ ਭੈਣ ਡੇਗੀ ਹੁਣ ਠੰਡਾ ਪਾਣੀ ਕਰਕੇ ਦੇਣ, ਇੱਧਰ ਤਾਰਾ ਪਾਣੀ ਠੰਡਾ ਕਰਕੇ ਦੇਣ ਲੱਗੀ, ਮਹਿਮਾਨ ਆ ਚੁੱਕੇ ਆ ਮਾਸ਼ਾਅੱਲਾ। ਅਤੇ ਤਾਣੀ ਪਾਣੀ ਦੇਣੇ, ਸਭ ਤੋਂ ਪਹਿਲੇ ਸਾਨੂੰ ਪਾਣੀ ਦਿਓ ਠੰਡਾ ਕਰਕੇ, ਅਤੇ ਹੁਣ ਬਰਫ਼ ਜਿਹੜੀ ਬਾਕੀ ਪਾ ਕੇ ਰੱਖ ਲੈਂਦੀ ਪਾਣੀ ਠੰਡਾ ਕਰਕੇ ਭੇਜ ਦਿੱਤਾ ਵਾ। ਅਤੇ ਹੁਣ ਜਲਦੀ ਜਲਦੀ ਚਾਵਲ ਮੇਰੇ ਮਾਸ਼ਾਅੱਲਾ ਤਿਆਰ ਹੋ ਜਾਂਦੇ, ਗਰਮ ਮਸਾਲਾ ਵਿੱਚ ਮੈਂ ਮਿਕਸ ਕਰ ਦਿੱਤਾ, ਅਤੇ ਪੱਕਦੇ ਅਤੇ ਫਿਰ ਮੈਂ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਕਰ। ਅੱਛਾ ਜੀ, ਤਾਰਾ ਭੈਣ ਨੇ ਪਾਣੀ ਠੰਡਾ ਕਰ ਦਿੱਤਾ ਸੀ, ਠੰਡਾ ਕਰਕੇ ਅਤੇ ਪਾਣੀ ਮੈਨੂੰ ਪਿਆ ਹੈ, ਪਾਣੀ ਕੁਛ ਵਿੱਚ ਪਿਆ ਠੰਡਾ, ਮੈਨੂੰ ਪਿਆਸ ਬਹੁਤ ਜ਼ਿਆਦਾ ਲੱਗੀ। ਹੁਣ ਮੈਂ ਪਾਣੀ ਪੀਣੀ ਥੋੜ੍ਹਾ ਜਿਹਾ ਪਾਣੀ ਪੀ ਕੇ ਦੇਖੋ, ਚਾਵਲਾਂ ਨੇ ਮੈਂ ਦਮ ਦਿੱਤੀ, ਦਮ ਦਿੱਤਾ ਉੱਪਰ ਮਾਰਤਾ ਤਵਾ ਮੁੱਠਾ, ਅਤੇ ਦਮ ਤੋਂ ਚਾਵਲ ਜਿਹੜੇ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਂਦੇ। ਅਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਦਮ ਪੱਟਦੀ ਹਾਂ, ਅਤੇ ਮੈਂ ਆਪਣੀ ਭੈਣ ਭਰਾਵਾਂ ਨੂੰ ਸ਼ੇਅਰ ਕਰਦੀ ਹਾਂ। ਸਭ ਤੋਂ ਪਹਿਲੇ ਮੈਂ ਪਿਆਸ ਲੱਗੀ, ਮੈਂ ਪਾਣੀ ਪੀ। ਅੱਛਾ ਜੀ, ਮਾਸ਼ਾਅੱਲਾ ਚਾਵਲ ਬਣ ਕੇ ਹੋ ਗਏ ਤਿਆਰ, ਇਕੱਲੇ ਇਕੱਲੇ ਚਾਵਲ ਬਣੇ, ਮਾਸ਼ਾਅੱਲਾ ਬਹੁਤ ਪਿਆਰੇ ਚਾਵਲ ਬਣ ਗਏ ਮਹਿਮਾਨਾਂ ਵਾਸਤੇ। ਆਲੂ ਪਲਾਓ ਬਣਾਇਆ ਵਾ, ਚਾਵਲ ਮਾਸ਼ਾਅੱਲਾ ਬਹੁਤ ਪਿਆਰੇ ਬਣ ਗਏ, ਸੋਹਣੇ ਬਣ ਗਏ ਚਾਵਲ। ਅੱਛਾ ਜੀ, ਖਾਣਾ ਚਾਵਲ ਬਣਾ ਕੇ ਤਿਆਰ ਕਰਕੇ ਅਤੇ ਮੈਂ ਹੁਣ ਜਾ ਰਹੀ ਹਾਂ ਘਰ ਨੂੰ, ਘਰ ਨੂੰ ਵਾਪਸ ਜਾ ਰਹੀ ਹਾਂ। ਮੈਂ ਕਿਹਾ ਚੱਲ ਕੇ ਦੇਖਾਂ, ਕਿਉਂ ਘਰ ਵੀ ਖਾਣਾ ਤਿਆਰ ਕਰਕੇ ਫਿਰ ਮੈਂ ਗਈ ਹਾਂ। ਮੈਂ ਕਿਹਾ ਮਰੀਆਂ ਬੇਟੀ ਫਿਰ ਨਿੱਕੇ ਨਿੱਕੇ ਬੱਚੇ ਆ, ਛੋਟੇ ਛੋਟੇ ਉਹ ਤੰਗ ਕਰਦੇ ਆ, ਅਤੇ ਫਿਰ ਨਾਲ ਤਿਆਰ ਕਰਕੇ ਮੈਂ ਗਈ ਹਾਂ। ਮਾਸ਼ਾਅੱਲਾ ਮਕਬਰ ਦੀ ਜ਼ਾਨ ਹੋਣ ਲੱਗ ਪਈ ਆ, ਅਤੇ ਹੁਣ ਚੱਲ ਕੇ ਬੈਠ ਕੇ ਸੁਣਦੇ ਹਾਂ ਜ਼ਾਨ। ਅੱਲਾਹ ਤਾਲਾ ਸਭ ਨੂੰ ਸੁਣਨੀ ਨਸੀਬ ਕਰੀ, ਆਮੀਨ ਆਮੀਨ ਸੁਮਾਮੀਨ। ਅੱਛਾ ਜੀ, ਘਰ ਆਈ ਹਾਂ ਅਤੇ ਦੇਖੋ ਬੱਚੇ ਖੇਡਣ ਡਏ ਆ ਬੋਲ ਦੇ ਨਾਲ, ਸ਼ਹਿਰੋਜ਼ ਆ ਅਤੇ ਨਾਲ ਹਮਸਾਇਆਂ ਦਾ ਮੁੰਡਾ ਵਾ ਛੋਟਾ, ਦੋਨੋਂ ਦਾਨਿਸ਼ ਨਾਲ ਖੇਡਣ ਡਿਆ ਵਾ। ਦਾਨਿਸ਼ ਨੂੰ ਵੀ ਨਾਲ ਖੜਾਓ ਦਾਨਿਸ਼ ਨੂੰ ਵੀ। ਦਾਨਿਸ਼ ਖੇਡਦਾ, ਤੁਸੀਂ ਬੋਲ ਮਾਰਦੇ ਨਾ ਜਦੋਂ, ਅਤੇ ਫਿਰ ਉਸ ਲਈ ਉਹ ਵੀ ਨਾਲ ਖੇਡਦਾ, ਤੁਸੀਂ ਵੀ ਖੇਡੋ ਨਾਲ ਜਾਂ ਦਾਨਿਸ਼, ਤੁਸੀਂ ਵੀ ਖੇਡੋ। ਹਾਂ ਦਾਨਿਸ਼ ਵੱਲ ਨੂੰ ਬੋਲ ਮਾਰੋ, ਮਾਰੋ ਦਾਨਿਸ਼ ਵੱਲ ਨੂੰ ਸੱਟ, ਦਾਨਿਸ਼ ਵੱਲ ਨੂੰ। ਦਾਨਿਸ਼ ਫੜ ਕੇ ਖੜ ਗਿਆ, ਉਹ ਵਿਚਾਰੇ ਇੰਤਜ਼ਾਰ 'ਚ ਖੜੇ, ਉਹ ਫੜ ਕੇ ਖੜ ਗਿਆ। ਅੱਛਾ ਜੀ, ਮਾਸ਼ਾਅੱਲਾ ਖਾਣਾ ਬਣਾ ਕੇ ਆ ਗਈ ਹਾਂ, ਬੱਚਿਆਂ ਦੀ ਖੇਲ ਵੀ ਮੈਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕੀਤੀ, ਖੇਡਣ ਡਏ ਆ। ਅਤੇ ਅੱਛਾ ਜੀ, ਅਸੀਂ ਸਾਡੀ ਅੱਜ ਦੀ ਵੀਡੀਓ ਅਗਰ ਜੇ ਮੇਰੇ ਭੈਣ ਭਾਈਆਂ ਨੂੰ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਬਾਕਸ ਸਾਨੂੰ ਜ਼ਰੂਰ ਦੱਸੀਏ। ਆਪਣੇ ਦੋਵਾਂ ਸਨ ਬੋਏ ਯਾਦ ਰੱਖੀਓ, ਅਸੀਂ ਵੀ ਆਪਣੇ ਭੈਣ ਭਾਈਆਂ ਨੂੰ ਹਰ ਟਾਈਮ ਯਾਦ ਰੱਖਦੇ ਹਾਂ। ਅੱਲਾਹ ਪਾਕ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਆਪਣੀ ਜ਼ੁਮਾਨ 'ਚ ਰੱਖੇ, ਆਮੀਨ ਸੁਮਾਨ। ਜਿਹੜੀ ਔਲਾਦ ਅੱਲਾਹ ਤਾਲਾ ਨੇ ਕੁਛ ਸਾਲ ਲਾ ਦੇਵੇ, ਬਿਮਾਰ ਅਗਰ ਕੰਮ ਵਿੱਚ ਪਾ ਦੇਵੇ, ਅਗਰ ਸਭ ਵਿੱਚ ਕੀ ਹਲਾਲ ਦੇਵੇ, ਆਮੀਨ ਸੁਮਾਨ। ਅਤੇ ਬਿਲਾਲ ਭਾਈ, ਜਦੋਂ ਘਰ ਗਰਮੀ ਬਹੁਤ ਜ਼ਿਆਦਾ ਸੀ, ਮੈਂ ਤਾਂ ਆਈ ਭੱਜ ਕਰ, ਮੈਂ ਤਾਂ ਇੱਥੇ ਆ ਕੇ ਹੁਣ ਬਾਹਰ ਬੈਠ ਗਈ। ਅਤੇ ਅੱਛਾ ਜੀ, ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ, ਸੰਦ ਜਾਵੇ। ਅੱਲਾ ਹਾਫਿਜ਼।